ਖਬਰਾਂ 'ਚ ਤੁਹਾਡਾ ਸਵਾਗਤ ਹੈ। ਇਸ ਵਕਤ ਪਹੁੰਚੇ ਹਾਂ ਪਿੰਡ ਰਾਜਪੁਰ ਭਾਈਆਂ ਡੱਬਰੀ ਸਾਹਿਬ ਵਿਖੇ, ਜਿੱਥੇ ਕਿ ਪੀਰ ਮੀਆਂ ਹਸਨ ਮੁਹੰਮਦ ਸੱਜਦ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ ਬਹੁਤ ਹੀ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਕਾਕਾ, ਹਰਵੀਰ ਸਿੰਘ ਕਾਕਾ ਨੇ ਦੱਸਿਆ ਕਿ ਸਾਲਾਨਾ ਜੋੜ ਮੇਲੇ ਦੌਰਾਨ ਚਾਦਰ ਚਲਾਕ ਝੰਡੇ ਦੀ ਰਸਮ ਅਦਾ ਕੀਤੀ ਗਈ। ਉਪਰੰਤ ਵੱਡੀ ਗਿਣਤੀ 'ਚ ਕਲਾਕਾਰਾਂ ਅਤੇ ਫੱਕਰ ਵਕੀਰਾਂ ਨੇ ਪੁੱਜ ਕੇ ਹਾਜ਼ਰੀ ਭਰੀ। ਕੈਮਰਾ ਪਰਸਨ ਡਾਕਟਰ ਗੋਪੀਚੰਦ ਰਾਜਪੁਰ ਭਾਈਆਂ, ਮੈਂ ਹਰਵਿੰਦਰ ਸਿੰਘ ਭੁੰਗਨੀ, ਫਤਿਹ ਨੂੰ ਚੈਨਲ, ਮੈਂ ਹਰਿਆਣਾ ਹੁਸ਼ਿਆਰਪੁਰ। ਅੱਖ ਸੁੱਕਦੀ ਨਹੀਂ।